सारे मिलने हैं। लखे भाई ने ऐन कला कला मुद्दा रखता। मैं लखे भाई पहला गड्डी कहता था, मैं भाई एक मेरा मुद्दा है, मैं उदो मैंने संभाल के बोल लगी अखा ने, जो तो भाई मेरी बारी आई मैंने लखन लगा हथ कहना तू बोल। फिर मैं कि बोलिया, मैं भगत सरदार भगवंत मान साहब ने एक गल कही है, मैं कहा जिन्हें अज तक पंजाब के मुख्यमंत्री रहे ने सारे दिल्ली के हक च भुगत रहे ने, पंजाब के खिलाफ भुगत रहे हैं, सारे ने पंजाब के हक बेचे ने गे सारे ने। मैं गल कही आ भी गल सुन ला भाई, तैनू तेरे करके तू आज जो पंजाब का मुख्यमंत्री बनया तेरे करके लोगों ने तैनू वोट पाई है, ना कि आ झाड़ू वाले पाई है। हुण राघव चड्ढा जिहड़ा राघव चड्ढा कोई भी मन के चल कोई भी किसी भी तरह का इन्होंने कोई ऑर्डर लैके आना, कोई भी किसी भी तरह का बयान होंगे, कोई भी इन्होंने अपनी कोई पंजाब नूं चीज माड़ा मोटा कोई जिम्मे कोई नौकरी जी जी कोई भी गल होंगी है, भगवंत मान का बयान बाद चाहता, राघव चड्ढा पहला आता अं आह कर रहे हैं जी पंजाब। राघव चड्ढा की लगता पंजाब का, जिन्हें भी दिल्ली वाले ने लगते की ने गे, हूँ जिन्हें राज्यसभा मैंबर लाए ने गए की लगते ने गे, की पंजाब नूं देना है राघव चड्ढे की हरभजन सिंह की जा अपना जिहड़ा लुधियाने वाला लाया इहदी लवली यूनीवर्सिटी वाली इन्हें की पंजाब नूं देना है। कोई पंजाब लई अंदोलन लड़े इन्होंने कोई पंजाब लई लड़ाई लड़ी, आ लखा तुरिया फिरदा भाई आ खड़ा इत्थे देख सिर ते कफ़न बन के किसानी अंदोलन लई लड़ाई लड़े आ, असीं भी जिवें भी असीं मूहरे होकर लड़ाई लड़े आ, इन्हां दी की देना। यही हरभजन सिंह वर्गे किसानी अंदोलन वर्गे कहिंदे सीगे किसान उहीं बैठे नेगे। हुण जिहड़ी फोटो वायरल हुंदे तैनूं मैं दस्सदा फोटो कौन वायरल कर रहे ने, मैं सरदार भगवंत मान साहब दे पंजाब दे मुख्यमंत्री दे मूँह ते गल कह के आं वी पंजाब दा मुख्यमंत्री दरबारा सिंह भी सीगा ਜਿਹੜੇ ਨੇ ਕਿ ਦਿੱਲੀ ਦੇ ਹੱਕ ਦੇ ਵਿੱਚ ਮਤਾ ਪਾ ਕੇ, ਇੰਦਰਾ ਗਾਂਧੀ ਦੇ ਵਿੱਚ ਮਤਾ ਪਾ ਕੇ ਸਾਰੇ ਪੰਜਾਬ ਦੇ ਪਾਣੀ ਡੈਮਾਂ ਦੇ ਸਾਰੇ ਅਧਿਕਾਰ ਉਹਨੇ ਦਿੱਤੇ ਸੀਗੇ, ਅਤੇ ਅੱਜ ਤੁਸੀਂ ਵੀ ਪੰਜਾਬ ਦੇ ਮੁੱਖ ਮੰਤਰੀ ਹੋ। ਅੱਜ ਹੁਣ ਹਰਿਆਣਾ ਕੀ ਹੁਣ ਜਿਹੜਾ SYL ਲਗਾਉਣਾ ਸੀਗਾ ਆਮ ਆਦਮੀ ਪਾਰਟੀ ਤੋਂ ਬਣਿਆ ਇਹ, ਹੁਣ ਹਰਿਆਣੇ ਦਾ ਜਿਹੜਾ ਮੰਨ ਕੇ ਚੱਲ ਪ੍ਰਧਾਨ ਆ ਕਾਂਗਰਸ ਦਾ ਰਾਜ ਸਭਾ ਮੈਂਬਰ ਹੈ, ਉਹ ਪਤਾ ਕੀ ਬੋਲਦਾ, ਉਹ ਬੋਲਦਾ ਜੀ ਕਹਿੰਦਾ ਸਾਡੀ ਪੰਜਾਬ ਸਰਕਾਰ ਬਣ ਗਈ, ਅਸੀਂ ਜਦੋਂ ਹਰਿਆਣੇ ਸਾਡੀ ਸਰਕਾਰ ਬਣ ਗਈ ਅਸੀਂ ਪੰਜਾਬ ਦਾ ਪਾਣੀ ਹਰਿਆਣਾ ਇੱਧਰ ਲੈ ਕੇ ਆਮ ਆਦਮੀ ਪਾਰਟੀ ਸੋਰੀ ਆਮ ਆਦਮੀ ਪਾਰਟੀ ਦਾ, ਆਮ ਆਦਮੀ ਪਾਰਟੀ ਦਾ ਉਹ ਜੀ ਜਿਹੜਾ ਉਹ ਕਹਿੰਦਾ ਵੀ ਅਸੀਂ ਜਿਹੜਾ ਸਾਰਾ ਪੰਜਾਬ ਦਾ ਪਾਣੀ ਅਸੀਂ ਉੱਧਰ ਲੈ ਕੇ ਆਵਾਂਗੇ, ਸਾਡੀ ਪੰਜਾਬ ਸਰਕਾਰ ਬਣ ਗਈ। ਹੁਣ ਸਿੱਧੂ ਨੇ ਫਿਰ ਉੱਥੋਂ ਗਾਣਾ ਲਿਖਿਆ, ਉਹਦੀ ਮੂਹਰੇ ਲਾਈਨ ਵੀ ਲਾਈ ਹੈ ਵੀ ਅਸੀਂ ਤੂੰ ਕਹਿਣਾ ਪੰਜਾਬ ਦਾ ਪਾਣੀ ਅਸੀਂ ਤੋਂਕਣ ਨਹੀਂ ਦਿੰਦੇ ਪੰਜਾਬ ਦਾ ਪਾਣੀ, ਤੂੰ ਲੈ ਕੇ ਜਾ ਕੇ ਦਿਖਾ, ਫਿਰ ਗੱਲ ਕਰੀ, ਫਿਰ ਐ ਪੰਜਾਬ ਦੀ ਜਵਾਨੀ ਜਵਾਬ ਦੇਣ ਵਾਲੀ ਹੈ। ਹੁਣ ਜਿਹੜੀ ਗੱਲ ਫੋਟੋ ਸੀ ਆਹ ਮਾੜਾ ਲਓ ਖੋਲੀ, ਫੋਟੋ ਕੌਣ ਵਾਇਰਲ ਕਰ ਰਹੇ ਨੇ ਹੋਰ ਤੁਹਾਨੂੰ ਉਹ ਦਿਖਾਉਣਾ ਜਿਹੜੀ ਮੇਰੀ ਮੇਰੇ 'ਤੇ ਟਿੱਪਣੀਆਂ ਕਰਦੇ। ਹੁਣ ਬਾਈ ਉਹਦਾ ਵਿਆਹ ਸੀਗਾ ਯਾਰ, ਮੈਨੂੰ ਮੈਂ ਸੱਚਾ ਸੱਚ ਬੋਲਦਾ ਆਪਾਂ ਨੂੰ ਕੋਈ ਕਿਸੇ ਤੋਂ ਲੈਣਾ ਨਹੀਂ, ਕਿਸੇ ਤੋਂ ਖਾਣਾ ਨਹੀਂ, ਨਾ ਤਾਂ ਹੋ ਸਕਦਾ ਵੀ ਮੇਰਾ ਕਿਤੇ ਰਾਜਨੀਤੀ 'ਚ ਆਈਏ ਨਾ, ਪਰ ਮੇਰੇ ਪਹਿਲਾਂ ਤੁਹਾਨੂੰ ਦਾਦੇ ਤੋਂ ਲੈ ਕੇ ਦੱਸ ਦੇਣਾ 60 ਸਾਲ ਉਸ ਲੋਕਾਂ ਲਈ ਲੜਿਆ, ਨੇਕਾਂ ਵਾਰੀ ਜੇਲ੍ਹ ਗਿਆ, ਕਿਤੇ ਸੱਤਾ ਦੇ ਵਿੱਚ ਕਿਤੇ ਉਹਨੇ ਗੱਲ ਨਹੀਂ ਕਰੀ ਰਾਜਨੀਤੀ ਦੀ। ਹੁਣ ਜਿਹੜੇ ਬੰਦੇ ਫੋਟੋ ਵਾਇਰਲ ਕਰ ਰਹੇ ਨੇ, ਜਿਹੜੇ ਬੰਦੇ ਮੇਰੇ ਬਾਰੇ ਲੋਕ ਲਿਖ ਰਹੇ ਨੇ ਕੁਛ, ਮੈਂ ਤੁਹਾਨੂੰ ਉਹਨਾਂ ਦੀ ਗੱਲ ਦਿਖਾਉਣਾ। ਅੱਜ ਆ ਮੱਤੇ ਵਾਲੇ ਜੰਗਲ ਦੀ ਆਪਾਂ ਗੱਲ ਕਰਦੇ ਨੇ, ਇੱਥੇ ਖੜੇ 4.5 ਏਕੜ ਦੇ ਵਿੱਚ ਮੈਂ ਦਰਖਤ ਲਾਏ ਨੇ, ਪਿੰਡ ਜਾ ਕੇ ਦੇਖੀ 1.5 ਏਕੜ 'ਚ ਬਾਗ ਲਾ ਰਹੇ ਆ, ਇੱਥੇ ਆ ਕੇ ਕਰਨਗੇ, ਵਾਤਾਵਰਨ ਖਰਾਬ ਹੋ ਗਿਆ ਜੀ, ਵਾਤਾਵਰਨ ਲਈ ਕੀਤਾ ਕੀ ਹੈ? ਹੁਣ ਆ ਰਾਜੇ ਬੜਿੰਗਵਰ ਕਿੱਥੇ ਬੋਲੀ ਜਾਂਦੇ ਨੇ, ਕੀ ਕੀਤਾ ਵਾਤਾਵਰਨ ਲਈ? ਕਿਤੇ ਬੂਟਾ ਕੋਈ ਲਾਇਆ? ਜੇ ਬੂਟੇ ਲਾਏ ਨੇ ਫੋਟੋਆਂ ਲਾ ਕੇ ਖਿਚਾ ਕੇ ਪਾਣੀ ਉਹ ਬਾਅਦ 'ਚ ਮੱਚ ਦਿੰਦੇ ਨੇ। 3 ਮਹੀਨੇ ਹੋ ਗਏ, ਆਹ ਰੰਗ ਦੇਖ ਲਾ ਕਿਵੇਂ ਹੋ ਗਿਆ ਮੇਰਾ, ਕੋਲੋਂ 2-2.5 ਲੱਖ ਦਾ ਕੋਲੋਂ ਬੋਰ ਲਾਇਆ, ਇਹ ਕਹਿੰਦੇ ਵਾਤਾਵਰਨ ਬਚਾਓ, ਵਾਤਾਵਰਨ ਲਈ ਕੀਤਾ ਕੀ ਹੈ? ਹੁਣ ਜਿਹੜੇ ਬੰਦੇ ਫੋਟੋ ਵਾਇਰਲ ਕਰਨਾ, ਇਹ ਬੰਦਿਆਂ ਦੇ ਨਾ ਮੈਂ ਤੁਹਾਨੂੰ ਦਿਖਾਉਣਾ, ਆਹ ਹੈਗਾ ਉਹਦਾ ਬਾਦਲਾਂ ਦਾ ਚੇਲਾ, ਅਤੇ ਉਹਦਾ ਜਿਹੜਾ ਕਿਹੜਾ ਜਿਹੜਾ ਜੇਲ੍ਹ 'ਚ ਬੈਠਾ ਉਹ ਨਸ਼ਾ ਤਸਕਰ ਜਿਹਨੇ ਪੰਜਾਬ ਦਾ ਜਵਾਨੀ ਬੇੜਾ ਕਰ ਦਿੱਤਾ, ਬਿਕਰਮ ਮਜੀਠੀਆ, ਇਹ ਉਹਦਾ PA ਹੈ, ਇਹ ਮੇਰੇ ਬਾਰੇ ਲਿਖ ਰਿਹਾ ਲੈ, ਮੇਰੇ ਤੇ ਰੰਧਾਵੇ ਬਾਰੇ ਲਿਖ ਰਿਹਾ, ਕਹਿੰਦਾ ਸੱਚ ਦਾ ਬੋਲੇ ਸਾਲੀ ਸਾਣ ਨਹੀਂ ਕੀ ਬੋਲੇ ਸਾਲੇ, ਆਹ ਬੰਦੇ ਸਾਡੇ ਬਾਰੇ ਬੋਲਣਗੇ ਜਿਨ੍ਹਾਂ ਨੇ ਪੰਜਾਬ ਦਾ ਸਾਰਾ ਬੇੜਾ ਤਬਾਹ ਹੀ ਕਰਤਾ, 5 ਵਾਰੀ ਪੰਜਾਬ ਦੇ ਮੁੱਖ ਮੰਤਰੀ ਰਹਿ ਗਏ, ਅੱਜ ਇਹਨਾਂ ਨੂੰ ਕੋਈ ਕੁੱਤਾ ਨਹੀਂ ਬੋਲਦਾ, ਅੱਜ ਇਹਨਾਂ ਦਾ ਗੁਰੂ ਵੀ ਜੇਲ੍ਹ 'ਚ ਬੈਠਾ, ਅੱਜ ਇਹ ਸਾਡੇ ਬਾਰੇ ਬੋਲਦੇ ਨੇ ਕਿ ਸੋਸ਼ਲ ਮੀਡੀਆ 'ਤੇ ਆ ਦੇ, ਇਹ ਆ ਬਾਈ ਕੈਮਰੇ 'ਚ ਦਿਖਾਈ ਵੱਡੇ ਭਾਈ ਮਾੜਾ, ਯਾਦ ਦਿਖਾ, ਆਹ ਹੈਗਾ ਇਹ ਬਿਕਰਮ ਮਜੀਠੀਏ ਦਾ, ਉਹ ਕੀ ਕਹਿੰਦੇ ਹੁੰਦੇ ਨੇ ਇਹਨੂੰ PA, ਆਹ ਬਿਕਰਮ ਮਜੀਠੀਏ ਦਾ PA ਆ, ਇਹ ਸਾਡੇ ਬਾਰੇ ਫੋਟੋਆਂ ਵਾਇਰਲ ਪਾ ਕੇ ਬੋਲਦੇ ਨੇ। ਤੁਸੀਂ ਸਾਡੀ ਕੀ ਰੀਸ ਕਰ ਸਕਦੇ ਹੋ? ਅਸੀਂ ਤਾਂ ਮੇਰੀ ਗੱਲ ਸੁਣ ਲਾ ਬਾਈ, ਜੱਫੀ ਪਾਈ ਕਿਉਂ ਸੀ ਵੈਸੇ? ਜੱਫੀ ਮੈਂ ਤੈਨੂੰ ਗੱਲ ਦੱਸਣਾ, ਐਂ ਉਹ ਰੰਧਾਵਾ ਕਹਿੰਦਾ ਫੋਟੋ ਖਿੱਚਦੇ ਆ ਬਾਈ, ਬਾਈ ਕਹਿੰਦਾ ਵਿਆਹ ਦੀਆਂ ਵਧਾਈਆਂ, ਮੈਂ ਤੈਨੂੰ ਵੀ ਤੈਨੂੰ ਵਿਆਹ ਦੀਆਂ ਵਧਾਈਆਂ, ਐਂ ਉੱਧਰੋਂ ਕਹਿੰਦਾ ਫੋਟੋ ਖਿੱਚੀ, ਮੈਂ ਤੇ ਰੰਧਾਵਿਆਂ ਖੜ ਕੇ ਵੀ ਵਧਾਈਆਂ ਤੈਨੂੰ ਭਾਈ ਵਿਆਹ ਦੀਆਂ, ਹੁਣ ਆਪਾਂ ਦਿੰਦੇ